ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਨੇ ਉਵੇਂ ਉਵੇਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਸਰਗਰਮੀਆਂ ਵੀ ਤੇਜ਼ ਕਰ ਦਿੱਤੀਆਂ ਗਈਆਂ ਨੇ। ਇਸੇ ਤਹਿਤ ਹੀ ਅਕਾਲੀ ਦਲ ਵੱਲੋਂ ਅੱਜ ਬਾਘਾ ਪੁਰਾਣਾ ਵਿੱਚ ਐਸਸੀ ਵਿੰਗ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਵਿਸ਼ੇਸ਼ ਤੌਰ 'ਤੇ ਅਕਾਲੀ ਦਲ ਦੇ ਕੈਂਡੀਡੇਟ ਤੀਰਥ ਸਿੰਘ ਮਾਲਾ ਪਹੁੰਚੇ। ਇਸ ਮੌਕੇ 'ਤੇ ਐਸਸੀ ਭਾਈਚਾਰੇ ਵੱਲੋਂ ਜਥੇਦਾਰ ਤੀਰਥ ਸਿੰਘ ਮਾਲਾ ਨੂੰ ਪੂਰਨ ਤੌਰ 'ਤੇ ਸਮਰਥਨ ਦਿੱਤਾ ਗਿਆ ਅਤੇ ਤੀਰਥ ਸਿੰਘ ਮਾਲਾ ਨੂੰ ਇਹ ਭਰੋਸਾ ਦਿਵਾਇਆ ਗਿਆ ਕਿ ਐਸਸੀ ਭਾਈਚਾਰਾ ਉਹਨਾਂ ਨੂੰ ਜਿੱਤ ਕੇ ਵਿਧਾਨ ਸਭਾ ਜ਼ਰੂਰ ਭੇਜੇਗਾ। ਮੈਂ ਬਲਵਿੰਦਰਪਾਲ ਸਿੰਘ ਹੈਪੀ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਜ਼ਿਲ੍ਹਾ ਮੋਗਾ। ਅੱਜ ਅਸੀਂ ਇੱਥੇ ਸਮੁੱਚੇ ਐਸਸੀ ਵਿੰਗ ਦੀ ਮੀਟਿੰਗ ਕਰਕੇ ਹਲਕਾ ਬਾਘਾ ਪੁਰਾਣਾ ਦੇ ਉਮੀਦਵਾਰ ਜਥੇਦਾਰ ਤੀਰਥ ਸਿੰਘ ਮਾਲਾ ਜੀ ਨੂੰ ਪੂਰਨ ਤੌਰ 'ਤੇ ਸਮਰਥਨ ਦਿੱਤਾ ਅਤੇ ਇਹਨਾਂ ਨੂੰ ਅਹਿਸਾਸ ਕਰਾਇਆ ਵੀ ਜਿੰਨਾ ਵੀ ਸ਼੍ਰੋਮਣੀ ਐਸਸੀ ਵਿੰਗ ਹੈ ਹਲਕਾ ਬਾਘਾ ਪੁਰਾਣਾ ਦਾ ਸ਼੍ਰੋਮਣੀ ਅਕਾਲੀ ਦਲ ਚਟਾਣਵਾ ਖੜ੍ਹਾ। ਅਸੀਂ ਉਮੀਦ ਰੱਖਦੇ ਹਾਂ ਵੀ ਜਥੇਦਾਰ ਤੀਰਥ ਸਿੰਘ ਮਾਲਾ ਮੋਗੇ ਦੀਆਂ ਚਾਰੇ ਸੀਟਾਂ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਕੇ ਅਸੀਂ ਵਿਧਾਨ ਸਭਾ ਇਹਨਾਂ ਨੂੰ ਭੇਜਾਂਗੇ, ਕਿਉਂਕਿ ਜਿੰਨੀਆਂ ਵੀ ਸਹੂਲਤਾਂ ਐਸਸੀ ਵਰਗ ਨੂੰ ਜਿੰਨੀਆਂ ਵੀ ਸਹੂਲਤਾਂ ਮਿਲਦੀਆਂ ਇਹ ਸਿਰਫ ਅਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਹੋਇਆ, ਚਾਹੇ ਉਹ ਕੋਈ ਆਟਾ ਦਾਲ ਸਕੀਮ ਹੈ, ਚਾਹੇ ਬੁਢਾਪਾ ਪੈਨਸ਼ਨ ਹੈ, ਚਾਹੇ ਗਰੀਬ ਬੱਚਿਆਂ ਦੀ ਐਜੂਕੇਸ਼ਨ ਫਰੀ ਬਾਰੇ ਆ, ਜਾਂ ਕੋਈ ਪਾਣੀ ਦੀ ਸਮੱਸਿਆ, ਜੋ ਵੀ ਜਿੰਨੀਆਂ ਵੀ ਸਹੂਲਤਾਂ ਮਿਲਦੀਆਂ ਇਹ ਸਿਰਫ ਅਤੇ ਸਿਰਫ ਉਦੋਂ ਹੀ ਲਾਗੂ ਹੋਈਆਂ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਈ ਹੈ। ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੀ ਵਾਰ ਮੀਟਿੰਗ ਕੀਤੀ ਵਿਧਾਨ ਸਭਾ ਦੇ ਇਲੈਕਸ਼ਨ ਦੇ ਵਿੱਚ, 1997 'ਚ ਵੀ ਇਲੈਕਸ਼ਨ ਹੋਇਆ ਸੀ, 2002 'ਚ ਵੀ ਇਲੈਕਸ਼ਨ ਹੋਇਆ ਸੀ, 2007 'ਚ ਵੀ ਇਲੈਕਸ਼ਨ ਹੋਇਆ ਸੀ, 2012 'ਚ ਵੀ ਇਲੈਕਸ਼ਨ ਹੋਇਆ ਸੀ। ਵਿਧਾਨ ਸਭਾ ਦੇ ਇਲੈਕਸ਼ਨ ਵਿੱਚ ਐਸੀ ਭਾਈਚਾਰੇ ਨੇ ਪਹਿਲੀ ਵਾਰ ਐਡੀ ਵੱਡੀ ਭਰਵੀਂ ਮੀਟਿੰਗ ਕੀਤੀ ਹੈ ਕਿ ਅਸੀਂ ਸਮਰਥਨ ਜਿਹੜਾ ਦੇਣਾ ਸ਼੍ਰੋਮਣੀ ਅਕਾਲੀ ਦਲ ਨੂੰ ਦੇਣਾ ਅਤੇ ਦਾਸ ਨੂੰ ਦੇਣਾ। ਇਸ ਕਰਕੇ ਮੈਨੂੰ ਬਹੁਤ ਵੱਡੀ ਆਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਐਸੀ ਭਾਈਚਾਰਾ ਜਿਹੜਾ ਚਟਾਣਵਾਂ ਖੜ੍ਹਾ, ਕਿਉਂਕਿ ਐਸੀ ਭਾਈਚਾਰੇ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿੰਨੀਆਂ ਸਹੂਲਤਾਂ ਦਿੱਤੀਆਂ, ਭਲਾ ਉਹ ਲੜਕੀ ਦਾ ਸ਼ਗਨ ਹੋਵੇ, ਭਲਾ ਉਹ ਨੀਲੇ ਕਾਟਾਂ ਦੀ ਗੱਲ ਹੋਵੇ, ਆਟਾ ਦਾਲ ਦੀ ਗੱਲ ਹੋਵੇ, ਭਲਾ 200 ਜੂਠ ਮਾਫ਼ੀ ਦੀ ਗੱਲ ਹੋਵੇ, ਭਲਾ ਗਰੀਬ ਦੀ ਲੜਕੀ ਨੂੰ ਸਾਈਕਲ ਦਿੱਤਾ ਹੋਵੇ, ਜਿੰਨੀਆਂ ਸਹੂਲਤਾਂ ਹੁਣ ਤੱਕ ਦਿੱਤੀਆਂ, ਭਲਾ ਉਹਨਾਂ ਦੀ ਸਿਹਤ ਵਾਸਤੇ ਸਹੂਲਤਾਂ ਦਿੱਤੀਆਂ, ਉਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ। ਪਤਾ ਐਸੀ ਭਾਈਚਾਰੇ ਨੂੰ ਕਿ ਹੋਰ ਕੋਈ ਸਰਕਾਰ ਆਉਂਦੀ ਹੈ ਅਤੇ ਸਾਰੀਆਂ ਸਹੂਲਤਾਂ ਬੰਦ ਕਰ ਦੇਣੀਆਂ। ਇਸ ਕਰਕੇ 10 ਸਾਲ ਤੋਂ ਲਗਾਤਾਰ ਬਾਦਲ ਸਾਹਿਬ ਇਹ ਸਹੂਲਤਾਂ ਦਿੰਦੇ ਰਹੇ ਆ। ਉਹ ਇਸ ਤੋਂ ਪਹਿਲਾਂ ਪਰਖ ਚੁੱਕੇ ਆ ਕੈਪਟਨ ਅਮਰਿੰਦਰ ਸਿੰਘ ਨੂੰ ਕਿ 1997 ਦੇ ਵਿੱਚ ਜੋ ਬਾਦਲ ਸਾਹਿਬ ਆਏ ਸੀ ਉਹਨਾਂ ਨੇ ਜਿਹੜੀਆਂ ਸਹੂਲਤਾਂ ਦਿੱਤੀਆਂ ਸੀ, 2002 ਦੇ ਵਿੱਚ ਲੜਕੀ ਦਾ ਸ਼ਗਨ ਵੀ ਬੰਦ ਕਰਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ। ਇਸ ਕਰਕੇ ਭਾਈਚਾਰਾ ਜਿਹੜਾ ਸਾਡੇ ਨਾਲ ਜਟਾਣ ਵਾਂਗੂ ਖੜ੍ਹਾ, ਇਹ ਭਾਈਚਾਰੇ ਨੇ ਐਡਾ ਤਕੜਾ ਹੋ ਕੇ ਹਮਲਾ ਮਾਰਨਾ ਕਿ ਹੜ੍ਹ ਅੱਗੇ ਕੋਈ ਜਿਹੜੀ ਹਨੇਰੀ ਆਊਗੀ ਇਹਦੇ ਅੱਗੇ ਕੋਈ ਟਿਕ ਨਹੀਂ ਸਕੂ। ਬਾਘਾ ਪੁਰਾਣਾ ਤੋਂ ਬਿਊਰੋ ਰਿਪੋਰਟ, ਜਗਤ ਸੇਵਕ, ਵੈਬ ਟੀਵੀ।